ਪਿਛਲੇ ਦਿਨ ਇੱਕ ਇਵੈਂਟ ਰੱਖਿਆ ਗਿਆ ਸੀ ਜਿਸ ਦੇ ਵਿੱਚ ਬ੍ਰੈਂਪਟਨ ਦੇ ਮੇਅਰ ਤੇ ਕਾਉਂਸਲਰ ਦੇ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਜਿਸ ਦੇ ਵਿੱਚ ਬਜ਼ੁਰਗਾਂ ਦੇ ਲਈ ਜਿਮ ਬਿਲਕੁਲ ਹੀ ਫ੍ਰੀ ਕਰ ਦਿੱਤੇ ਗਏ ਨੇ। ਰੀਕ੍ਰੀਏਸ਼ਨ ਸੈਂਟਰ ਦੇ ਵਿੱਚ ਜਿਹੜੇ ਵੀ ਬਜ਼ੁਰਗ 70 ਸਾਲ ਤੋਂ ਉੱਪਰ ਨੇ ਉਹਨਾਂ ਦੇ ਲਈ ਜਿਮ ਬਿਲਕੁਲ ਫ੍ਰੀ ਹੈ। ਇਸ ਤੋਂ ਬਾਅਦ ਬਜ਼ੁਰਗਾਂ ਦੇ ਵਿੱਚ ਕਾਫੀ ਹੀ ਖੁਸ਼ੀ ਦੇਖਣ ਨੂੰ ਮਿਲੀ। ਉਹ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਅਜਿਹਾ ਕੈਨੇਡਾ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਬਜ਼ੁਰਗਾਂ ਦੇ ਲਈ ਜਿਮ ਫ੍ਰੀ ਕੀਤੇ ਗਏ ਹੋਣ। ਸੀਨੀਅਰ ਡੇ ਤੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਹੋਰ ਵੀ ਕਈ ਕਾਉਂਸਲਰ ਜਿਵੇਂ ਕਿ ਮਾਈਕਲ ਪਲੈਸ਼ੀ, ਰਵੀਨਾ ਸੈਟੋਸ ਅਤੇ ਨਵਜੀਤ ਕੌਰ ਬਰਾੜ, ਇਹਨਾਂ ਨੇ ਬਜ਼ੁਰਗਾਂ ਵਾਸਤੇ ਬ੍ਰੈਂਪਟਨ 'ਚ ਹਰੇਕ ਰੀਕ੍ਰੀਏਸ਼ਨ ਸੈਂਟਰ ਦੇ ਵਿੱਚ ਜਿਮ ਦੀ ਫ੍ਰੀ ਵਿਵਸਥਾ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ 70 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਬਜ਼ੁਰਗ ਹੁਣ ਫ੍ਰੀ ਜਿਮ ਕਰ ਸਕਦੇ ਨੇ ਰੀਕ੍ਰੀਏਸ਼ਨ ਸੈਂਟਰ ਦੇ ਵਿੱਚ। ਆਓ ਸੁਣਦੇ ਹਾਂ ਬ੍ਰੈਂਪਟਨ ਦੇ ਮੇਅਰ ਤੇ ਕਾਉਂਸਲਰ ਦੇ ਵਿਚਾਰ ਇਸ ਦੇ ਬਾਰੇ ਕੀ ਨੇ। June is Seniors Month and we are celebrating Seniors Month by becoming the first city in Canada to bring in free recreation for seniors. Our rec centers across the city are going to be free for seniors 70 and above because we want to be the type of city that values and appreciates our seniors. We're announcing free recreation for seniors. Today now more than ever, it's important to make sure that our seniors are taken care of. And with healthy, active lifestyles, Brampton Council, led by Mayor Patrick Brown, is taking the right steps to make sure that our recreation facilities are free for our seniors. Beautiful day it is to kick off Seniors Month in June with the official launch of free recreation programming for all of our seniors age 70 and up. Now across the entire city of Brampton, you, if you are 70 and older, you're senior, you can access free recreation in Brampton in order to stay healthy, active and fit. We are so thankful and grateful for your contributions to the city of Brampton and want to make sure you are supported with a healthy lifestyle. ਅੱਜ ਆਪਾਂ ਕੈਸੀ ਕੈਂਬਲ ਆਇਆ, ਵੱਡਾ ਅਨਾਊਂਸਮੈਂਟ ਹੈਗਾ ਆਪਣੇ ਸੀਨੀਅਰਸ ਵਾਸਤੇ। ਸੋ ਆਪਾਂ ਜਿਹੜਾ ਰੈਕਰੀਏਸ਼ਨ ਹੈਗੇ ਫ੍ਰੀ ਕਰਨ ਲੱਗ ਗਿਆ ਫੋਰ 70 ਈਅਰਸ ਐਂਡ ਓਲਡਰ, ਇਹ ਆਪਣੇ ਸੀਨੀਅਰਸ ਦਾ ਮੈਂਟਲ ਵੈਲ ਬੀਇੰਗ ਵਾਸਤੇ, ਹੈਲਥ ਵਾਸਤੇ ਬਹੁਤ ਜ਼ਰੂਰੀ ਹੈਗਾ। ਐਂਡ ਆਪਾਂ ਐਕਸਾਈਟਿਡ ਹੈਗਾ ਇਨ ਸਪੈਸ਼ਲੀ ਇਨ ਕੈਨੇਡਾ ਹੈਵਿੰਗ ਰੈਕਰੀਏਸ਼ਨ ਫ੍ਰੀ ਫੋਰ ਸੀਨੀਅਰਸ। ਉੱਥੇ ਹੀ ਦੂਜੇ ਪਾਸੇ ਬਜ਼ੁਰਗਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਬ੍ਰੈਂਪਟਨ ਦੇ ਮੇਅਰ ਅਤੇ ਕਾਉਂਸਲਰ ਤੋਂ ਉਹ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸੀ। ਉਹਨਾਂ ਦੇ ਇਸ ਬਾਰੇ ਕੀ ਵਿਚਾਰ ਨੇ, ਆਓ ਸੁਣਦੇ ਹਾਂ। ਜਿਹੜਾ ਆਪਣੇ ਸੀਨੀਅਰਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਆਪਣੇ ਪੈਟ੍ਰਿਕ ਬ੍ਰਾਊਨ ਜੀ ਵੀ ਆਏ ਸੀ, ਕੌਂਸਲ ਵੀ ਆਏ ਆ। ਇਹਨਾਂ ਨੇ ਸੀਨੀਅਰਸ ਵਾਸਤੇ ਜਿਹੜਾ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਵਾ ਵੀ ਜਿਮ ਰੀਕ੍ਰੀਏਸ਼ਨ ਵਾਸਤੇ ਇਹਨਾਂ ਨੂੰ ਫ੍ਰੀ ਹੋਊਗਾ, ਇਹ ਬਹੁਤ ਵਧੀਆ ਵਾ ਅਤੇ ਅਸੀਂ ਸਾਰੇ ਇਹਨੂੰ ਐਪਰੀਸ਼ੀਏਟ ਕਰਦੇ ਹਾਂ। ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸੀਨੀਅਰਸ ਵਾਸਤੇ ਜਿਹੜੇ 70 ਈਅਰਸ ਤੋਂ ਵੱਧ ਹੈਗੇ ਉਹਨਾਂ ਵਾਸਤੇ ਜਿਮ ਫ੍ਰੀ ਕਰ ਦਿੱਤਾ ਹੈਗਾ। ਅਤੇ ਹੋਰ ਵੀ ਜਿਹੜੀਆਂ ਐਕਟੀਵਿਟੀਜ਼ ਇੱਥੇ ਹੈਗੀਆਂ ਜਿੱਦਾਂ ਸਵਿਮਿੰਗ ਹੈ, ਤੁਹਾਡੇ ਸਕੇਟਿੰਗ ਹੈ, ਹੋਰ ਜਿਹੜੇ ਆਊਟਸਾਈਡ ਦੇ ਜਿੰਨੇ ਵੀ ਸਪੋਰਟਸ ਐਕਟੀਵਿਟੀਜ਼ ਹੈ ਉਹਨਾਂ ਵਿੱਚ ਸਾਰੇ ਪਾਰਟੀਸਪੇਟ ਕਰ ਸਕਦੇ ਆ। ਅਤੇ ਮੈਂ ਆਪਣੇ ਜਿਮ ਆਇਰਨਸ ਸੀਨੀਅਰਸ ਕਲੱਬ ਵੱਲੋਂ ਇਸ ਚੀਜ਼ ਵਾਸਤੇ ਬਹੁਤ ਬਹੁਤ ਵਧਾਈ ਦਿੰਦਾ ਬ੍ਰੈਂਪਟਨ ਡੇ 'ਤੇ। ਸੋ ਇਹ ਸੀ ਰੀਤ ਇੰਦਰ ਦੀ ਖਾਸ ਰਿਪੋਰਟ।